ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ, ਇਹ ਸਾਰਾ ਚਾਈਨਾ ਵਾ ਤੇ ਗ੍ਰੀਨ 'ਚ ਇੰਡੀਅਨ ਸੋਲਜਰ ਹੈ। 62 ਦੇ ਵਿੱਚ ਆਪਣੇ ਸੋਲਜਰ ਕਿਸ ਤਰ੍ਹਾਂ ਡਰੈਸ ਅਪ ਕਰਦੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵਾਂ ਦਿਨ ਨਵੀਂ ਸ਼ੁਰੂਆਤ ਅੱਜ ਦੇ ਵਲੌਗ ਦੀ। ਤੇ ਅੱਜ ਆਪਾਂ ਹੈਗੇ ਆ ਚੁਸ਼ੁਲ ਦੇ ਵਿੱਚ, ਤੇ ਇੱਥੋਂ ਆਪਾਂ ਜਾਣਾ ਵਾ ਰੰਗ ਜੰਗਲਾ, ਜਿਹੜਾ ਕਿ ਇੱਥੋਂ ਅਰਾਊਂਡ 14 ਕਿਲੋਮੀਟਰ, ਫਿਰ ਇੱਥੇ ਹੀ ਵਾਪਸ ਆਵਾਂਗੇ ਚੁਸ਼ੁਲ ਦੇ ਵਿੱਚ, ਤੇ ਵਾਪਸ ਜਾਵਾਂਗੇ ਤੰਗਸਤੇ ਵੱਲ ਨੂੰ। ਤੇ ਬਾਕੀ ਦੀ ਅਪਡੇਟ ਤੁਹਾਨੂੰ ਮੈਂ ਚੱਲਦੇ ਚੱਲਦੇ ਦਊਂਗਾ। ਆਪਾਂ ਲਗੇਜ ਲੋਡ ਕਰ ਲਿਆ ਵਾ, ਤੇ ਇਹ ਵਾਲੀ ਹੋਮ ਸਟੇ ਲਈ ਸੀਗੀ। ਇਹ ਹੋਮ ਸਟੇ ਦਾ ਜਿਹੜਾ ਨੰਬਰ ਆ ਮੈਂ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ 'ਚ ਦੇ ਦਾਂਗਾ। ਤੇ ਅੰਕਲ ਜੀ ਦੀ ਹੋਮ ਸਟੇ ਆ, ਬਹੁਤ ਹੀ ਪਿਆਰੀ ਆ, ਠੀਕ ਆ। ਔਰ ਸਭ ਨਾਲੋਂ ਵੱਡੀ ਚੀਜ਼ ਆ ਵੀ ਖਾਣਾ ਬਹੁਤ ਸ਼ਾਨਦਾਰ ਆ। ਤੇ ਮੈਂ ਰੈਕਮੈਂਡ ਕਰਦਾ ਤੁਹਾਨੂੰ ਵੀ ਜੇ ਤੁਸੀਂ ਕਦੇ ਵੀ ਇੱਧਰ ਚੁਸ਼ਲ ਵਾਲੀ ਸਾਈਡ ਦੇ ਵਿੱਚ ਆਓ ਤਾਂ ਇਸ ਹੋਮ ਸਟੇ ਦੇ ਵਿੱਚ ਜ਼ਰੂਰ ਆਇਓ। ਕੀ ਨਾਮ ਅੰਕਲ ਜੀ ਹੋਮ ਸਟੇ ਦਾ? ਸਤਨ ਨੀ। ਹੋਮ ਸਟੇ ਦਾ ਨਾਮ ਕਿਆ ਹੈ? ਸਤਨ ਹੋਮ ਸਟੇ। ਚਤਨ ਹੋਮ ਸਟੇ, ਚਤਨ ਹੋਮ ਸਟੇ ਇਹਦਾ ਨਾਮ ਆ। ਬਾਕੀ ਹੁਣ ਗੱਲ ਜਿਹੜੀ ਹੈਗੀ ਆਪਾਂ ਉਹ ਮੋਟਰਸਾਈਕਲ ਤੇ ਬੈਠ ਕੇ ਕਰਾਂਗੇ। ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਬਲੌਗ ਕਿਹੜਾ ਵਾ। ਦੇਖੋ ਬੜਿਆ ਪਲੈਨਸ ਦੇ ਵਿੱਚ ਨਾ ਆਪਾਂ ਪਲੈਨਿੰਗ ਜਿੰਨੀ ਮਰਜ਼ੀ ਕਰਕੇ ਆ ਲਈਏ, ਕਈ ਵਾਰ ਪਲੈਨ ਉੱਤੇ ਥੱਲੇ ਹੋ ਜਾਂਦੇ ਨੇ। ਤਾਂ ਸੇਮ ਹੀ ਮੇਰੇ ਨਾਲ ਹੋ ਰਿਹਾ। ਤੇ ਸਾਡਾ ਪਲੈਨ ਸੀਗਾ ਚੁਸ਼ੁਲ ਤੋਂ ਅੱਗੇ ਨਿਕਲਣ ਦਾ, ਬਟ ਕੱਲ ਇੱਥੇ ਬਰਫ਼ਬਾਰੀ ਵਾਲਾ ਮੌਸਮ ਬਣ ਗਿਆ ਸੀ, ਤੇ ਆਪਾਂ ਫਿਰ ਇੱਥੇ ਸਟੇਅ ਕਰਨਾ ਹੀ ਚੰਗਾ ਸਮਝਿਆ। ਬਾਕੀ ਹੁਣ ਮੋਟਰਸਾਈਕਲ ਦੀ ਗੱਲ ਕਰਦੇ ਹਾਂ, ਬਾਕੀ ਸਾਰੀ ਪਲੈਨਿੰਗ ਤੁਹਾਨੂੰ ਉੱਥੇ ਦੱਸਦੇ ਹਾਂ। ਜੇ ਬਾਕੀ ਚੈਨਲ 'ਤੇ ਨਵੇਂ ਹੋ ਬਾਈ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ, ਅਤੇ ਚੁਸ਼ੁਲ ਦਾ ਨਜ਼ਾਰਾ ਦੇਖੋ ਇੱਕ ਵਾਰ, ਠੀਕ ਹੈ। ਛੋਟਾ ਜਿਹਾ ਪਿੰਡ ਆ, ਔਰ ਬਿਲਕੁਲ ਆਪਣੇ ਪਿੰਡਾਂ ਵਰਗਾ ਪਿੰਡ ਆ, ਸਿਰਫ ਇੱਕ ਜਿਵੇਂ ਮੌਸਮ ਹੁੰਦਾ ਵਾ ਉਹਦੇ ਹਿਸਾਬ ਨਾਲ ਰਹਿਣ ਸਹਿਣ ਦਾ ਫਰਕ ਆ, ਬਾਕੀ ਖੇਤੀ ਆ, ਘਰਾਂ ਦੇ ਵਿੱਚ ਹੀ ਜਾਨਵਰ ਨੇ, ਠੀਕ ਹੈ, ਸਾਰਾ ਕੁਛ ਆਪਣੇ ਵਾਂਗੂ ਹੀ ਆ। ਤਾਂ ਬਾਈ ਸਾਡਾ ਸਵੇਰ ਦਾ ਪਹਿਲਾ ਗਲਤ ਮੋੜ, ਕਿਉਂਕਿ ਜਿਹੜਾ ਇੱਥੇ GPS ਆ ਨਾ ਲੇਹ ਦੇ ਵਿੱਚ, ਤਾਂ ਤੁਸੀਂ GPS ਬਿਲਕੁਲ ਹੀ ਇਸਤੇਮਾਲ ਨਾ ਕਰਿਓ, ਗੂਗਲ ਨੂੰ ਬਿਲਕੁਲ ਇਸਤੇਮਾਲ ਨਾ ਕਰਿਓ, ਕੋਈ ਭਰੋਸਾ ਨਹੀਂ ਇਹਦਾ, ਕਿਤੇ ਦਾ ਕਿਤੇ ਲੈ ਜਾਂਦਾ ਵਾ। ਮਤਲਬ 15-15 ਕਿਲੋਮੀਟਰ ਦੂਰ ਦਾ ਫਰਕ ਆ ਇਹਦਾ। ਤਾਂ ਬਾਈ ਇੱਥੇ ਹੀ ਆਫ ਰੋਡ ਸਟਾਰਟ ਹੋ ਗਿਆ ਵਾ, ਅਤੇ ਆਹ ਵਾ ਚੁਸ਼ੁਲ ਪਿੰਡ, ਬਿਲਕੁਲ ਸਾਦਾ ਜਿਹਾ, ਜਿੱਦਾਂ ਦੇ ਆਪਣੇ ਇੱਧਰ ਮੁਕਤਸਰ ਮਲੋਟ ਵਾਲੇ ਪਾਸੇ ਦੇ ਪਿੰਡ ਨੇ, ਸਾਦੇ ਸਿੰਪਲ ਪੁਰਾਣੀ ਦਿੱਖ ਵਾਲੇ ਉੱਦਾਂ ਦੇ ਪਿੰਡ ਨੇ ਬਾਈ ਇੱਥੇ, ਔਰ ਬਹੁਤ ਪਿਆਰੇ ਖੂਬਸੂਰਤ ਨੇ। ਅਤੇ ਇੱਥੋਂ ਹੁਣ ਆਪਾਂ ਜਾਣਾ ਰੰਗ ਜੰਗਲਾ ਵਾਰ ਮੈਮੋਰੀਅਲ, ਅਤੇ ਜਿਹੜਾ ਆਪਣੇ ਨਾਲ ਕਲਕੱਤੇ ਵਾਲਾ ਬੰਗਾਲ ਵਾਲਾ ਜੋੜਾ ਵਾ ਇਹਨੇ ਅੱਗੇ ਹਨਲੇ ਨਿਕਲ ਜਾਣਾ ਵਾ, ਅਤੇ ਆਪਾਂ ਉੱਥੋਂ ਵਾਪਸ ਆ ਜਾਣਾ ਵਾ। ਅਤੇ ਇਹ ਵਾ ਚੁਸ਼ੁਲ ਦਾ ਵਾਰ ਮੈਮੋਰੀਅਲ। ਤਾਂ ਦੋਸਤੋ ਘਾਟੀ ਦੇਖੋ ਸਾਰੀ, ਔਰ ਬੀਆਬਾਨ ਬੰਜਰ, ਇਹੀ ਨਜ਼ਾਰਾ, ਇਹੀ ਕੁਦਰਤ ਆ ਕਾਦਰ ਦੀ। ਅਸਮਾਨ ਦੇਖੋ, ਸੂਰਜ ਚੜ੍ਹਿਆ ਪਿਆ ਉੱਤੇ, ਆ ਗਏ ਰਾਈਡਰ ਨਾਲ ਦੇ। ਤਾਂ ਬਈ ਉੱਥੇ ਹੈਗੀ ਸਾਡੀ ਰੋਹਿਤ ਪੋਸਟ, ਬਾਰਡਰ ਪੋਸਟ ਹੈ ਇਹ, ਆਹ ਸਾਰਾ ਉੱਤੇ ਪੋਸਟ ਆ ਇਸ ਏਰੀਏ ਦੀ ਨਿਗਰਾਨੀ ਲਈ। ਆਪਾਂ ਫਿਰ ਰਹੇ ਹਾਂ ਇਸ ਪਾਸੇ, ਆਪਾਂ ਦੂਰੋਂ ਹੀ ਸਲਿਊਟ ਕਰਤਾ ਆਪਦੇ ਜਵਾਨਾਂ ਨੂੰ, ਔਰ ਮੈਨੂੰ 101% ਯਕੀਨ ਹੈ ਵੀ ਉਹ ਉੱਤੋਂ ਦੇਖਦੇ ਹੋਣਗੇ ਅਤੇ ਉਹਨਾਂ ਨੂੰ ਸਾਡਾ ਸਲਾਮ ਪਹੁੰਚ ਗਿਆ ਹੋਊਗਾ। ਤਾਂ ਯਾਰ ਇੱਥੇ ਬੈਠਣਾ ਕਿਹੜਾ ਸੌਖਾ ਕੰਮ ਆ, ਨਾ ਨੈੱਟ ਨਾ ਬਿਜਲੀ, ਠੀਕ ਆ, ਕਰਨ ਨੂੰ ਕੁਛ ਵੀ ਨਹੀਂ, ਬਸ ਪਹਾੜ ਦੇਖੀ ਜਾਣੇ ਸਾਰੀ ਦਿੜੀ, ਦੇਖ ਦੇਖ ਕੇ ਬੰਦਾ ਇੱਕ ਵਾਰ ਤੱਕ ਜਾਂਦਾ ਵਾ। ਹਰ ਵਾਰ ਪੁੱਠੀ ਸਾਈਡ ਵੜ ਜਾਂਦਾ ਮੈਂ, ਉਹ ਸਾਈਡ ਪਰ ਲਈ ਵਧੀਆ ਸੀਗੀ, ਪੁੱਠੀ ਸਾਈਡ ਵੜ ਗਿਆ, ਰੇਤਾ ਹੀ ਰੇਤਾ, ਮਿੱਟੀ ਹੋਈ ਮਿੱਟੀ। 1965 ਦੀ ਜਿਹੜੀ ਜੰਗ ਸੀ ਆਪਣੀ ਚਾਈਨਾ ਦੇ ਨਾਲ, ਜਿਹ 'ਚ ਚੀਨੀਆਂ ਨੇ ਨਾਰਾ ਲਾਇਆ ਸੀ ਵੀ ਹਿੰਦੀ ਚੀਨੀ ਭਾਈ ਭਾਈ, ਉਹ ਇਹਨਾਂ ਪਹਾੜਾਂ ਦੇ ਵਿੱਚ ਹੀ ਲੜੀ ਗਈ ਸੀ। ਆਪਣੇ ਯਾਰ ਉਹ ਵੀਰ ਸਪੂਤ ਸ਼ੇਰ, ਬੱਬਰ ਸ਼ੇਰ ਯਾਰ 65 ਦੇ ਵਿੱਚ, ਮਤਲਬ 35 ਉਹ ਅਤੇ 22 ਇਹ, 47 ਸਾਲ ਪਹਿਲਾਂ, ਜਦੋਂ ਨਾ ਸਾਡੇ ਕੋਲ ਇੰਨੀ ਟੈਕਨੋਲੋਜੀ ਸੀ ਜਿੰਨੀ ਅੱਜ ਟੈਕਨੋਲੋਜੀ ਆ, ਅਤੇ ਯਾਰ ਇਸ ਏਰੀਏ ਦੇ ਵਿੱਚ ਲੜੇ ਸੀ, ਕਿੱਦਾਂ ਲੜੇ ਸੀ ਤੁਸੀਂ ਆਈਡੀਆ ਲੈ ਸਕਦੇ ਹੋ। ਜਿੱਥੇ ਅੱਜ ਵੀ ਇੰਨਾ ਕੁਛ ਹੁੰਦੇ ਮਾਡਰਨ ਇੰਡੀਆ ਦੇ ਨਾਮ 'ਤੇ, ਸਾਡੇ ਕੋਲ ਆਹ ਰਸਤਾ ਵਾ ਅਤੇ ਉਦੋਂ ਕੀ ਹਾਲ ਹੋਊਗਾ। ਉਹ ਦੇਸ਼ ਦੇ ਸ਼ੇਰ, ਆਪਦੀ ਮਿੱਟੀ ਦੇ ਪੁੱਤ ਇੱਥੇ ਲੜੇ ਸੀ। ਤਾਂ ਲਿਖਿਆ ਵਾ ਜੀ ਰਜ਼ਾਂਗਲਾ 13 ਕੋਮਾਨ ਮੈਮੋਰੀਅਲ ਅਬਵ ਆਫ 114 ਬਰੇਵ ਹਾਰਟਸ, ਅਤੇ 114 ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਮੈਮੋਰੀਅਲ ਆ। ਅੰਦਰ ਉਹ ਵੀਡੀਓਗ੍ਰਾਫੀ ਦੇ ਮਾਧਿਅਮ ਦੇ ਰਾਹੀਂ ਵੀ ਆਪਾਂ ਨੂੰ ਦਿਖਾਉਂਦੇ ਆ, ਅਤੇ ਜੇ ਹੁਣ ਅਵੇਲੇਬਲ ਹੋਈ ਤਾਂ ਆਪਾਂ ਜ਼ਰੂਰ ਦੇਖਾਂਗੇ।
ਵਧਦੇ ਹਾਂ ਆਪਾਂ ਹੁਣ ਵਾਰ ਮੈਮੋਰੀਅਲ ਵੱਲ ਅਤੇ ਬਾਕੀ ਦੀ ਗੱਲ ਹੁਣ ਆਪਾਂ ਜਾ ਕੇ ਵਾਰ ਮੈਮੋਰੀਅਲ ਹੀ ਕਰਾਂਗੇ। ਮੇਰਾ ਸਰ ਵੀਡੀਓ ਔਨ ਕਰਨ ਦਾ ਮਕਸਦ ਇਹ ਸੀ ਵੀ ਤੁਸੀਂ ਇਹਨਾਂ ਇੱਕ ਵਾਰ ਘਾਟੀਆਂ ਨੂੰ ਇਹਨਾਂ ਪਹਾੜਾਂ ਨੂੰ ਇੱਕ ਵਾਰ ਦੇਖ ਲਓ ਯਾਰ ਅਤੇ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਯਾਰ ਕਿਵੇਂ ਲੜੇ ਉਰੇ। ਤਾਂ ਬਹੁਤ ਵੱਡੀ ਗੱਲ ਆ, ਆਪਾਂ ਸ਼ਹਿਰਾਂ 'ਚ ਬੈਠੇ ਹਾਂ ਆਪਦੇ ਘਰਾਂ 'ਚ ਬੈਠੇ ਹਾਂ, ਸਾਨੂੰ ਨਹੀਂ ਪਤਾ ਵੀ ਇੱਥੇ ਕੀ ਹਾਲ ਹੁੰਦਾ। ਮੈਂ ਸਿਆਚਿਨ ਬੇਸ ਕੈਂਪ 'ਤੇ ਗਿਆ ਸੀ, ਉੱਥੇ ਆਪਣੇ ਪੰਜਾਬ ਦੇ ਦੋ ਬੰਦੇ ਸੀਗੇ, ਠੀਕ ਆ, ਉਹਨਾਂ ਨਾਲ ਗੱਲਾਂ ਹੁੰਦੀਆਂ ਪਈਆਂ ਤਾਂ ਉਹਨਾਂ ਨੇ ਦੱਸਿਆ ਵੀ ਇੱਥੋਂ ਜਿਹੜਾ ਵੀ ਬੰਦਾ 3 ਮਹੀਨੇ ਦੀ ਡਿਊਟੀ ਲਾ ਕੇ ਜਾਂਦਾ ਉਹ ਪਲੇਨ 'ਚ ਜਾ ਕੇ 15 ਦਿਨ ਘੱਟੋ ਘੱਟ ਬਿਮਾਰ ਰਹਿੰਦਾ ਅਤੇ ਉਹਦਾ 10 ਤੋਂ 15 ਕਿਲੋ ਵਜ਼ਨ ਇੱਥੇ ਘੱਟ ਜਾਂਦਾ, ਜਦਕਿ ਫੌਜ ਵੱਲੋਂ ਬਹੁਤ ਬਿਹਤਰੀਨ ਡਾਈਟ ਦਿੱਤੀ ਜਾਂਦੀ ਆ ਉਹਨੂੰ, ਫਿਰ ਵੀ ਵਜ਼ਨ ਘੱਟ ਜਾਂਦਾ। ਤਾਂ ਇਹ ਨੇ ਕੁਛ ਪਹਿਲੇ ਗਲਿਮਸ, ਠੀਕ ਆ, ਤੁਸੀਂ ਦੇਖ ਸਕਦੇ ਹੋ ਪਹਿਲੇ ਕੁਛ ਦ੍ਰਿਸ਼ ਦੂਰੋਂ ਵਾਰ ਮੈਮੋਰੀਅਲ ਦੇ। ਬਹੁਤ ਪਿਆਰਾ ਵਾਰ ਮੈਮੋਰੀਅਲ ਬਣਿਆ ਹੋਇਆ ਵਾ, ਆਪਾਂ ਨੇ ਦਰਸ਼ਨ ਕਰਨੇ ਆ ਜਿਵੇਂ ਕਿਸੇ ਆਪਾਂ ਗੁਰੂ ਘਰ ਦੇ ਜਾਂ ਕਿਸੇ ਧਾਰਮਿਕ ਸਥਾਨ 'ਤੇ ਦਰਸ਼ਨ ਕਰੀਦੇ ਆ ਨਾ, ਇਹ ਵੀ ਯਾਰ ਉਹਨੂੰ ਘੱਟ ਨਹੀਂ ਹੈਗਾ ਮੇਰੀ ਨਜ਼ਰ ਨਾਲ। ਅਤੇ ਦੋ ਰਸਤੇ ਪਾਟਦੇ ਆ ਹੁਣ, ਪਤਾ ਨਹੀਂ ਇਹ ਜਾਂਦਾ, ਮੇਰੇ ਖਿਆਲ ਨਾਲ ਇਹੀ ਜਾਂਦਾ। ਬਾਈ ਆਹ ਦਿਖਾਉਂਦੇ ਆਪਾਂ ਨੂੰ ਨੈਸ਼ਨਲ ਫਲੈਗ ਦੇਖੋ, ਝੂਲਦਾ ਆਪਣਾ, ਠੀਕ ਆ, ਅਤੇ ਅੰਦਰ ਵਾਰ ਮੈਮੋਰੀਅਲ ਦੇ ਸਾਰੇ ਜਵਾਨਾਂ ਦੇ ਨਾਮ ਲਿਖੇ ਹੋਏ ਨੇ, ਠੀਕ ਆ, ਪਰਿਕਰਮਾ ਕਰ ਸਕਦੇ ਹੋ। ਅਤੇ ਫਲੈਗ ਦੇਖੋ ਆਪਣੇ ਵਾਲਾ, ਇੰਨਾ ਸੋਹਣਾ ਲੱਗਦਾ ਪਿਆ, ਮੇਰਾ ਤਾਂ ਦਿਲ ਕਰਦਾ ਵੀ ਇੱਥੇ 2 ਮਿੰਟ ਰੁਕਾਂ ਅਤੇ ਇਹਨੂੰ ਨਿਹਾਰਦਾ ਰਵਾਂ। ਅੰਦਰ ਨਾ ਸਾਰੇ ਜਵਾਨਾਂ ਦੇ ਨਾਮ ਲਿਖੇ ਨੇ, 114 ਜਿਹਦੇ 'ਚ 113 ਦਾ ਜਿਹੜਾ ਸੰਸਕਾਰ ਸੀ ਉਹ ਮੇਰੇ ਪਿੱਛੇ ਜਿਹੜਾ ਤੁਹਾਨੂੰ ਮੈਂ ਦਿਖਾਇਆ ਉੱਥੇ ਕੀਤਾ ਗਿਆ। ਅਤੇ TS ਰੈਨਾ ਮੇਜਰ ਸੀਗੇ ਜਿਨ੍ਹਾਂ ਨੇ ਫਰਨੀਚਰ ਦਿੱਤਾ, ਕਿਉਂਕਿ ਇਸ ਰੀਜ਼ਨ 'ਚ ਲੱਕੜੀ ਹੈ ਨਹੀਂ ਸੰਸਕਾਰ ਕਰਨ ਲਈ, ਇਸ ਜਗ੍ਹਾ ਦੇ ਉੱਤੇ 0 ਪੁਆਇੰਟ ਬਣਾਇਆ ਗਿਆ ਵਾ। ਬਾਕੀ ਮੈਂ ਤੁਹਾਨੂੰ ਮੋਟਰਸਾਈਕਲ 'ਤੇ ਦਿਖਾਊਂਗਾ, ਸਾਹਮਣੇ ਚਾਈਨਾ ਦੀਆਂ ਪੋਸਟਾਂ ਨੇ, ਫਲੈਗ ਮੀਟਿੰਗ ਹੁੰਦੀ ਆ, ਠੀਕ ਆ, ਉਹ ਸਾਰਾ ਦਿਖਾਊਂਗਾ ਤੁਹਾਨੂੰ। ਤਾਂ ਆਹ ਲਿਖੇ ਆ ਜੀ ਜਵਾਨਾਂ ਦੇ ਨਾਮ ਆਪਣੇ, 114 ਦੇ 14, ਮੇਜਰ ਸ਼ੈਤਾਨ ਸਿੰਘ, 3 JCO, ਹਰੀ ਰਾਮ, ਸੂਰਜ ਰਾਮ ਔਰ ਹਰਪੂਨ ਸਿੰਘ, ਠੀਕ ਹੈ, ਵੀਰ ਚੱਕਰ 2 ਨੂੰ, 1 ਨੂੰ ਸੈਨਾ ਮੈਡਲ। ਔਰ ਇਸ ਤਰਫ 13 ਕਮਾਓ ਰੈਜੀਮੈਂਟ ਦਾ ਕਰਕੇ ਇਹ 13 ਪਿੱਲਰ ਬਣਾਏ ਗਏ, ਠੀਕ ਹੈ, ਅਤੇ ਇਹਨਾਂ ਪਿੱਲਰ ਦੇ ਵਿੱਚ ਜਿਹੜਾ ਸੈਂਟਰ 'ਚ ਇਹਨਾਂ ਸਾਰੇ ਜਵਾਨਾਂ ਦੇ ਨਾਮ ਲਿਖੇ ਦਿਖ ਰਹੇ ਸਾਰੇ, ਇਹ ਚਾਈਨਾ ਦੇ ਪਾਸ ਜਿਤਨੇ ਵੀ ਰੈਡ ਦਿਖ ਰਹੇ ਨੇ, ਇਹ ਪੂਰਾ ਏਰੀਆ ਚਾਈਨਾ ਦੇ ਪਾਸ ਹੈ, ਚਾਈਨਾ ਦੇ ਪਾਸ। ਔਰ ਜੋ ਬਲੂ ਹੈ, ਬਲੂ ਸਾਰੇ ਉਹ ਆਪਣੇ ਪਾਸ ਹੈ, ਔਰ ਇਹ ਗ੍ਰੀਨ ਵਾਲੇ ਇਧਰ ਦਿਖ ਰਹੇ ਨੇ, ਇਹ ਪਾਸ ਹੈ, ਪਾਸਿਸ ਨੇ, ਪਾਸਿਸ ਹੈ। ਔਰ ਜੇ ਵੀ 6 ਮਿੰਟ ਦੀ ਵੀਡੀਓ ਕਲਿੱਪ ਕਰ ਤੇ ਆਪਾਂ ਇੱਥੇ ਆ, ਤੇ ਉਹ ਮੁਕਪੁਰੀ ਟੌਪ ਆ, ਨੀਚੇ ਦੇ ਆ ਰਜ਼ਾਂਗਲਾ, ਠੀਕ ਹੈ, ਇੱਥੇ ਹੀ ਵਾਰ ਹੋਈ ਆ, ਉਹ ਸਾਰਾ ਲਿਖਿਆ ਹੋਇਆ ਵਾ। ਤੇ ਇਹ ਕੈਲਾਸ਼ ਰੇਂਜ ਜਿਹੜੀ ਇਹ ਤਾਂ ਉੱਤਰਾਖੰਡ ਚਲੀ ਗਈ ਨਾ, ਨਾ ਬਹੁਤ ਤਿੱਬਤ ਮੈਂ ਨਹੀਂ, ਇਹਨੂੰ ਆਪਾਂ ਉੱਤਰਾਖੰਡ ਤੋਂ ਲੱਗਦਾ ਆਪਾਂ ਨੂੰ ਨਾ ਬਈ, ਆ ਲਦਾਖ ਰੇਂਜ ਆ ਸਾਰੀ, ਉਹ ਜਿਹੜਾ ਸਾਹਮਣੇ ਤੁਸੀਂ ਕਾਲਾ ਟੌਪ ਦੇਖਦੇ ਹੋ ਨਾ, ਇਹ ਹੈਗਾ ਮੁਕਬਰੀ ਟੌਪ, ਉਹਦੇ ਨੀਚੇ ਜਿਹੜੀ ਰਿਜ ਆਉਂਦੀ ਆ, ਲਾਈਨ ਆਉਂਦੀ ਆ, ਇਹ ਹੈਗਾ ਰਜ਼ਾਂਗਲਾ ਜਿੱਥੇ ਇਹ ਮੈਮੋਰੀਅਲ ਹੈ ਇਹਦੀ ਵਾਰ ਲੜੀ ਗਈ ਆ। ਬਾਈ ਜੀ ਇਹ ਨੇ ਕੁਛ ਜਿਹੜੇ ਚਾਈਨਾ ਵਾਰ ਦੇ ਵੈਪਨ ਸੀਗੇ ਉਹ ਨੇ, ਠੀਕ ਆ, ਇੱਧਰ ਵੀ ਪਏ ਨੇ ਮਸ਼ੀਨ ਗਨ ਪਈ ਆ, ਅਤੇ ਇਹ ਨੇ ਮੇਜਰ ਸ਼ੈਤਾਨ ਸਿੰਘ ਜਿਹੜੇ ਕਮਾਓ ਰੈਜੀਮੈਂਟ ਦੇ ਸੀਗੇ ਮੇਜਰ ਸੀ, ਆਹ ਵੀਰ ਚੱਕਰ ਹੋ ਗਏ ਸੈਨਾ ਮੈਡਲ ਹੋ ਗਏ, ਉਹਨਾਂ ਸੈਨਿਕਾਂ ਦੀਆਂ ਫੋਟੋਆਂ ਨੇ, LMG ਪਈ ਆ, ਇੰਡੀਅਨ ਕਾਰਬਾਈਨ ਚਾਈਨੀਜ਼ ਪਈ ਆ, ਅਤੇ ਇੱਦਾਂ ਕੁਛ ਇਹ ਸਮਾਨ ਪਿਆ, ਇੱਦਾਂ ਹੀ LMGs ਪਈਆਂ ਨੇ। ਅਤੇ ਇਹ ਜਿਹੜੀ 114 ਇਨਫੈਂਟਰੀ ਬ੍ਰਿਗੇਡ ਸੀਗੀ ਉਹਦੇ ਅੰਡਰ ਆਉਂਦੀਆਂ ਹੋਈਆਂ ਰੈਜੀਮੈਂਟਾਂ ਦਾ ਦੱਸਿਆ ਹੋਇਆ, ਗੋਰਖਾ ਰੈਜੀਮੈਂਟ, ਕਮਾਊ ਰੈਜੀਮੈਂਟ, ਜੱਟ ਰੈਜੀਮੈਂਟ, ਤਾਂ ਇਸ ਤਰ੍ਹਾਂ। ਅਤੇ ਇਹ ਆਪਣੇ ਇੰਡੀਅਨ ਸੋਲਜਰਸ ਦਾ ਸਟੈਚੂ ਆ ਜਿਹਦੇ ਵਿੱਚ ਦਿਖਾਇਆ ਗਿਆ ਵੀ 1962 ਦੇ ਵਿੱਚ ਆਪਣੇ ਸੋਲਜਰ ਕਿਸ ਤਰ੍ਹਾਂ ਡਰੈਸਅਪ ਕਰਦੇ ਸੀ, ਅਤੇ ਇਹ ਇੱਕ ਹੈਂਡ ਟੂ ਹੈਂਡ ਕੋਮਬੈਕਟ ਆ ਜਿਹਦੇ ਵਿੱਚ ਉੱਤੇ ਗ੍ਰੀਨ 'ਚ ਇੰਡੀਅਨ ਸੋਲਜਰ ਹੈ ਔਰ ਨੀਚੇ ਇਹ ਚਾਈਨੀਜ਼ ਸੋਲਜਰ ਪਿਆ, ਠੀਕ ਆ। ਅਤੇ ਜਦੋਂ ਆਪਣੇ ਕੋਲ ਬਰੂਦ ਖਤਮ ਹੋ ਗਿਆ ਤਾਂ ਹੱਥ ਨਾਲ ਲੜਾਈ ਹੋਈ, ਤਾਂ ਉਹ ਸਟੋਰੀ ਤੁਸੀਂ ਪੜ੍ਹਿਓ ਮੇਜਰ ਸ਼ੈਤਾਨ ਸਿੰਘ ਦੀ, ਹੱਥ ਨਾਲ ਜਿਹੜੀ ਲੜਾਈ ਹੋਈ, ਕੁਛ ਆਹ ਵੈਪਨ ਪਏ ਨੇ ਇੱਧਰ, ਠੀਕ ਹੈ, ਆਹ ਸ਼ੈਲ ਵਗੇ ਪਏ ਨੇ, ਫੂਡ ਕੰਟੇਨਰ ਪਏ ਨੇ, ਅਤੇ ਇਸ ਰੀਜ਼ਨ ਦੀ ਸਾਰੀ ਜਾਣਕਾਰੀ, ਠੀਕ ਹੈ। ਚਲੋ ਸਰ, ਹਾਂ ਇਹ
ਇਹ ਆ ਰਜ਼ਾਂਗਲਾ ਦਾ ਜਿਹੜਾ ਮੈਮੋਰੀਅਲ ਬਣਿਆ ਹੋਇਆ ਵਾ 114 ਜਵਾਨ ਸ਼ਹੀਦ ਹੋਏ ਸੀ ਉਰੇ ਉਸ ਜਗ੍ਹਾ ਅਹੀਰ ਧਾਮ ਜ਼ੀਰੋ ਇੱਥੇ ਜਿਹੜਾ ਸੀ ਸੰਸਕਾਰ ਕੀਤਾ ਗਿਆ ਮੇਜਰ ਸ਼ਤਾਨ ਸਿੰਘ ਦਾ ਸੰਸਕਾਰ ਉਹਨਾਂ ਦੇ ਪਿੰਡ ਰਾਜਸਥਾਨ ਜੱਦੀ ਪਿੰਡ ਜਿਹੜਾ ਸੀ ਉਹਨਾਂ ਦਾ ਉੱਥੇ ਕੀਤਾ ਜੋਧਪੁਰ ਰਾਜਸਥਾਨ ਦੇ ਵਿੱਚ ਅਤੇ ਬਾਕੀ ਜਵਾਨਾਂ ਦਾ ਸ਼ਤਾਨ ਜਿਹੜਾ ਸੰਸਕਾਰ ਸੀ ਉਹ ਇਸ ਜਗ੍ਹਾ 'ਤੇ ਕੀਤਾ ਗਿਆ ਅਤੇ ਉਸ ਤਰਫ ਮੈਮੋਰੀਅਲ ਬਣਿਆ ਹੋਇਆ ਵਾ ਜਿੱਥੇ ਉਹਨਾਂ ਜਵਾਨਾਂ ਦੇ ਨਾਮ ਸੁਨਹਿਰੀ ਅੱਖਰਾਂ 'ਚ ਲਿਖੇ ਹੋਏ ਆ ਅਤੇ ਉੱਤੇ ਆਪਣਾ ਤਿਰੰਗਾ ਸ਼ਾਨ ਨਾਲ ਬਹਿੰਦਾ ਹੋਇਆ ਤਾਂ ਬਾਈ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਚਾਈਨਾ ਵਾ ਆਹ ਹਰਿਆ ਦੇ ਪਿੱਛੇ ਸਾਰਾ ਚਾਈਨਾ ਆਹ ਟੋਪ ਦੇ ਪਿੱਛੇ ਚਾਈਨਾ ਦੀ ਪੋਸਟ ਆ ਉਹ ਕਾਲਾ ਵੱਡਾ ਪਹਾੜ ਜਿਹੜਾ ਵਾ ਉਹ ਵੀ ਚਾਈਨਾ ਦਾ ਵਾ ਆਹ ਜਿਹੜਾ ਰਿਜ ਜੀ ਆ ਉੱਤੇ ਇਹ ਆਪਣੇ ਕੋਲ ਆ ਆਹਲਾ ਆਪਣੇ ਕੋਲ ਆ ਉਹ ਪਰੇ ਆਪਣੇ ਕੋਲ ਆ ਅੱਗਿਓਂ ਦਿਖਾਊਂਗਾ ਉੱਥੇ ਫਲੈਗ ਮੀਟਿੰਗ ਦੀਆਂ ਆਪਣੀਆਂ ਇੰਡੀਆ ਦੀਆਂ ਅਤੇ ਚਾਈਨਾ ਦੀਆਂ ਪੋਸਟਾਂ ਨੇ ਠੀਕ ਆ ਆਹ ਸਾਰਾ ਪਹਾੜ ਚਾਈਨਾ ਕੋਲ ਆ ਠੀਕ ਇਹਦਾ ਮੂਹਰਲਾ ਵੀ ਅਤੇ ਪਿਛਲਾ ਵੀ ਉਹ ਉੱਤੇ ਕਾਲਾ ਟੋਪ ਉਹ ਵੀ ਚਾਈਨਾ ਕੋਲ ਆ ਉਹ ਜਿਹੜੀ ਰਿਜ ਆ ਰਜ਼ਾਂਗਲਾ ਉਹ ਇਸ ਟਾਈਮ ਨੋ ਮੈਨ ਲੈਂਡ ਆ ਨਾ ਚਾਈਨਾ ਜਾਂਦਾ ਵਾ ਨਾ ਆਪਾਂ ਜਾਂਦੇ ਹਾਂ ਤਾਂ ਇਹ ਸੀ ਇਸ ਏਰੀਏ ਦਾ ਕੁਛ ਹਿਸਾਬ ਠੀਕ ਆ ਬਾਕੀ ਇਹ ਸੀ ਰਜ਼ਾਂਗਲਾ ਵਾਰ ਮੈਮੋਰੀਅਲ ਅਤੇ ਆਪਾਂ ਹੁਣ ਨਿਕਲਣਾ ਚੁਸ਼ੁਲ ਵੱਲ ਨੂੰ ਅਤੇ ਚੁਸ਼ੁਲ ਜਾਂਦੇ ਹਾਂ ਅਤੇ ਉੱਥੋਂ ਆਪਾਂ ਤੰਗਸਟੇ ਨਿਕਲਾਂਗੇ ਤੰਗਸਟੇ ਤੋਂ ਦਰਬਿਕ ਤੋਂ ਆਪਾਂ ਉਹ ਮਲਿੰਗਲਾ ਪਾਸ ਲਈ ਸ਼ਕਤੀ ਵਾਲੇ ਰੋਡ 'ਤੇ ਪੈ ਜਾਣਾ ਆਹ ਜਿਹੜੀ ਸੜਕ ਆ ਇਹ ਚਾਈਨਾ ਬਾਰਡਰ ਦੇ ਨਾਲ ਨਾਲ ਹੀ ਜਾ ਰਹੀ ਹੈ ਆਹ ਸਾਰਾ ਹੀ ਚਾਈਨਾ ਵਾ ਸਾਹਮਣੇ ਆ ਗਏ ਕੈਲਾਸ਼ ਰੀਜਨ ਠੀਕ ਹੈ ਕੈਲਾਸ਼ ਜਿਹੜਾ ਤਿੱਬਤ ਆ 40 ਕਿਲੋਮੀਟਰ ਅਰਾਊਂਡ ਇੱਥੋਂ ਠੀਕ ਹੈ ਅਤੇ ਰਜ਼ਾਂਗਲਾ ਜਿਹੜਾ ਇੱਥੋਂ ਆ 12 ਕਿਲੋਮੀਟਰ ਆ ਜਿਹੜਾ ਪੋਸਟ ਆਪਾਂ ਦਿਖ ਰਿਹਾ ਨਾ ਉੱਤੇ ਪਹਾੜ ਇਹ ਇੱਥੋਂ 12 ਕਿਲੋਮੀਟਰ ਆ ਅਤੇ ਇੱਥੇ ਲੜਾਈ ਲੜੀ ਗਈ ਸੀ ਇਹ ਸਾਰੀ ਉਹ ਸਾਹਮਣੇ ਜਿਹੜਾ ਕਾਲਾ ਪਾ ਦੇਖ ਰਹੇ ਹੋ ਨਾ ਜਿਹਦੇ ਉੱਤੇ ਬੱਦਲ ਆ ਉਹ ਵਾਲਾ ਇਹ ਚਾਈਨਾ ਦੇ ਕੋਲ ਆ ਚਾਈਨਾ ਵਾ ਇਹ ਇੱਥੇ ਚਾਈਨੀ ਆਰਮੀ ਬੈਠੀ ਆ ਅਤੇ ਜਿਹੜਾ ਇਹਦੇ ਮੂਹਰੇ ਆ ਉਹ ਰਿਜ ਜਿਹਾ ਇਹ ਆਪਣਾ ਵਾ ਇਹਦੇ ਮਗਰਲਾ ਵੀ ਆਪਣਾ ਵਾ ਉਹ ਤੋਂ ਮਗਰਲਾ ਵੀ ਆਪਣਾ ਵਾ ਉਹ ਸਾਹਮਣੇ ਆਪਣਾ ਵਾ ਹੁਣ ਤੁਹਾਨੂੰ ਦਿਖਾਊਂਗਾ ਇੱਥੋਂ ਚੈਨਲ ਆਇਆਂ 'ਤੇ ਹੀ ਅਤੇ ਆਪਣੀ ਪੋਸਟ ਇੱਕ ਵਾਰ ਮੈਨੂੰ ਇੱਥੇ ਥੱਲੇ ਲਾ ਲੈਣ ਦਿਓ ਤਾਂ ਉਹ ਸਾਹਮਣੇ ਇੱਕ ਲੇਕ ਆ ਜਿਹੜੀ ਪਹਿਲਾਂ ਆਪਣੇ ਕੋਲ ਸੀ 50% ਪਰ ਹੁਣ ਇਹ ਚਾਈਨਾ ਕੋਲ ਜਾ ਵੜੀ ਜੇ ਆਪਾਂ ਸਿੱਧਾ ਜਾ ਵੜੇ ਫਿਰ ਆਪਾਂ ਚਲੇ ਜਾਣਾ ਚਾਈਨਾ 'ਚ ਜੇ ਆਪਾਂ ਸਿੱਧਾ ਹੀ ਚੱਲੇ ਜਾਂਦੇ ਹਾਂ ਵੈਸੇ ਤਾਂ ਉਹਨਾਂ ਨੇ ਜਾਣ ਦੇਣਾ ਨਹੀਂ ਪਰ ਆਪਾਂ ਜੇ ਸਿੱਧਾ ਹੀ ਚਲੇ ਜਾਂਦੇ ਹਾਂ ਤਾਂ ਚਾਈਨਾ ਵਾ ਆਹ ਜਿਹੜੀ ਹਰਿਆਵਲ ਆ ਨਾ ਮੈਨੂੰ ਸਾਈਡ 'ਤੇ ਕਰਦਾ ਉਹ ਜਿਹੜੀ ਹਰਿਆਵਲ ਆ ਸਾਰੀ ਇਹ ਇੰਡੀਆ ਦੇ ਵਿੱਚ ਪਰਲਾ ਪਾਸਾ ਚਾਈਨਾ ਵਾ ਪਰ ਇਹ ਇੱਕ ਲੇਕ ਆ ਉੱਧਰੋਂ ਦੀ ਆਪਾਂ ਨੂੰ ਅੱਗੇ ਜਾ ਕੇ ਸ਼ਾਇਦ ਦਿਖ ਜਾਵੇ ਪਰ ਉਦੋਂ ਇੰਨੀ ਦੂਰ ਨਹੀਂ ਹੋਣੀ ਅਤੇ ਆਹ ਜਿਹੜੇ ਪਹਾੜ ਦੇ ਥੱਲੇ ਉਹ ਪੋਸਟਾਂ ਦਿਖਦੀਆਂ ਨਾ ਚਿੱਟੇ ਚਿੱਟੇ ਜਿਹੇ ਮਕਾਨ ਜਿਹੜੀ ਤਾਂ ਹੈਗੀ ਖੱਬੇ ਪਾਸੇ ਇਹ ਹੈਗੀ ਇੰਡੀਆ ਦੀ ਅਤੇ ਸੱਜੇ ਪਾਸੇ ਹੈਗੀ ਚੀਨੀਆਂ ਦੀ ਅਤੇ ਵਿਚਕਾਰੇ ਹੁੰਦੀ ਆ ਮੀਟਿੰਗ ਕੋਈ ਵੀ ਫਲੈਗ ਮੀਟਿੰਗ ਹੁੰਦੀ ਆ ਆ ਜਦੋਂ 2020 ਦੇ ਵਿੱਚ ਆਪਣਾ ਲੜਾਈ ਝਗੜਾ ਹੋਇਆ ਇਹਨਾਂ ਨਾਲ ਅਤੇ ਇਹ ਇੱਥੇ ਹੀ ਹੋਈ ਆ ਆਹ ਤਾਂ ਪਿੱਛੇ ਇੱਧਰਲੇ ਬੰਕਰ ਨੇ ਉਹ ਫਲੈਗ ਮੀਟਿੰਗ ਵਾਲੀ ਆ ਆਹ ਆਪਣੇ ਦੋਨੇ ਪਾਸੇ ਦੀਆਂ ਆਪਣੀਆਂ ਪੋਸਟਾਂ ਨੇ ਉਹ ਜਿਹੜੇ ਪਰੇ ਦੋ ਦਿਖ ਰਹੇ ਨਾ ਛੋਟੇ ਛੋਟੇ ਆਪਣਾ ਫਲੈਗ ਮੀਟਿੰਗ ਵਾਲਾ ਇਹਦੇ ਪਿਛਲੇ ਪਾਸੇ ਚਾਈਨਾ ਆ ਸਾਰੀ ਜਿਹੜੀ ਪਹਾੜ ਦੇ ਨੀਚੇ ਨੀਚੇ ਰਿਜ ਜਾਂਦੀ ਹੈ ਸਾਰੀ ਚਾਈਨਾ ਹੀ ਆ ਕਾਲਾ ਪਹਾੜ ਚਾਈਨਾ ਉਹ ਤਾਂ ਸੜਕਾਂ ਜਾਂਦੀਆਂ ਨਜ਼ਰ ਆਉਂਦੀਆਂ ਨਾ ਦੋ ਉਹ ਉੱਥੇ ਅਤੇ ਉਹ ਚਾਈਨਾ ਦੀਆਂ ਸੜਕਾਂ ਨੇ ਆਪਣੀਆਂ ਨਹੀਂ